ਕਪੂਰਥਲਾ ਜ਼ਿਲ੍ਹੇ ਦੇ ਨੰਗਲ ਲੁਬਾਣਾ ਵਿਖੇ ਗੁੱਜਰ ਪਰਿਵਾਰ ਦੀ ਛੰਨ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਭਾਰੀ ਨੁਕਸਾਨ ਹੋ ਗਿਆ। ਰਾਤ ਸਮੇਂ ਜਦੋਂ ਗੁੱਜਰ ਪਰਿਵਾਰ ਛੰਨ ਵਿੱਚ ਸੁੱਤਾ ਪਿਆ ਸੀ ਤਾਂ ਅਚਾਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਹਫੜਾ ਦਫੜੀ ਮੱਚ ਗਈ। ਨੇੜੇ ਦੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ ਪਰ ਲੋਕ ਛੰਨ ਨੂੰ ਪੂਰੀ ਤਰ੍ਹਾਂ ਸਵਾਹ ਹੋਣ ਤੋਂ ਨਹੀਂ ਬਚਾ ਸਕੇ। ਛੰਨ ਨੂੰ ਜਦੋਂ ਅੱਗ ਲੱਗੀ ਤਾਂ ਪਰਿਵਾਰ ਦੇ ਚਾਰ ਜੀ ਸੁੱਤੇ ਪਏ ਸਨ ਜਿਨ੍ਹਾਂ 'ਚ ਇੱਕ 3 ਮਹੀਨੇ ਦੀ ਬੱਚੀ ਵੀ ਸੀ। ਭਰਾ ਦੇ ਆਸ਼ਿਆਨੇ ਨੂੰ ਮਿੱਟੀ 'ਚ ਮਿਲਦਾ ਦੇਖ ਕੇ ਕਾਲਾ ਗੁੱਜਰ ਦੇ ਭਰਾ ਨੂੰ ਅਚਾਨਕ ਹਾਰਟ ਅਟੈਕ ਦਾ ਦੌਰਾ ਪੈ ਗਿਆ ਜੋ ਹਾਲੇ ਵੀ ਬਿਮਾਰ ਚੱਲ ਰਿਹਾ ਹੈ। ਉੱਧਰ ਪਰਿਵਾਰ ਨੇ ਕਿਸੇ ਵੱਲੋਂ ਜਾਣ ਬੁੱਝ ਕੇ ਅੱਗ ਲਗਾਉਣ ਦੀ ਸ਼ੱਕ ਜ਼ਾਹਰ ਕੀਤਾ ਹੈ। ਫਿਲਹਾਲ ਮਾਮਲੇ ਸੰਬੰਧੀ ਥਾਣਾ ਬੇਗੋਵਾਲ ਦੀ ਪੁਲਿਸ ਜਾਂਚ ਕਰ ਰਹੀ ਹੈ। ਮੈਂ 7:30 ਵਜੇ ਘਰ ਆਇਆ, 7 ਵਜੇ ਘਰ ਆ ਕੇ ਰੋਟੀ ਪਾਣੀ ਖਾ ਕੇ ਅਤੇ ਮੈਂ ਸੌਂ ਗਿਆ ਅਤੇ ਆਪਣੇ 4-5 ਜੀ ਅਸੀਂ, ਇੱਕ ਮੇਰੀ ਗੁੱਡੀ, ਇੱਕ ਮੇਰੇ ਘਰ ਦੀ ਅਤੇ ਇੱਕ ਯਾਰ ਦੋਸਤ ਮੇਰਾ ਸੋਨੂੰ ਸੁੱਤਾ ਹੀ ਜਾਂਦਾ ਸੋਨਿਆ ਨਾਲ ਹੀ ਉਹਦੀ ਭੈਣ ਹੀ ਅਤੇ 9:30 ਵਜੇ ਅਤੇ ਸਾਨੂੰ ਉਦੋਂ ਪਤਾ ਲੱਗਾ ਜਦੋਂ ਆ ਕੇ ਭਰਾ ਨੇ ਆਵਾਜ਼ ਮਾਰੀ ਵੀ ਸਾਡੇ ਕੋਲ ਨੂੰ ਅੱਗ ਲੱਗੀ ਪਈ ਹੈ ਅਤੇ ਬਾਹਰ ਨਿਕਲੋ। ਫਿਰ ਵੱਡੇ ਭਾਅ ਜੀ ਹੁਣੇ ਆਏ, ਸਾਰੇ ਪਰਿਵਾਰ ਆਇਆ ਅਤੇ ਫਿਰ ਸਾਨੂੰ ਅੰਦਰੋਂ ਖਿੱਚ ਕੇ ਕੱਢਿਆ ਅਤੇ ਮੁੜ ਕੇ ਫਿਰ ਇਹਨਾਂ ਨੇ ਆਪਣੇ ਆ ਕੇ ਸਮਾਨ ਸਮਾਨ ਮਾੜਾ ਮੋਟਾ ਨਿਕਲਿਆ ਅਤੇ ਬਾਕੀ ਸੜ ਕੇ ਸਵਾਹ ਹੋ ਗਿਆ ਸਾਰੇ। ਕਿੰਨੇ ਆਪਣੇ ਜੀ ਸੁੱਤੇ ਪਏ ਸੀ ਅੰਦਰ? ਅਸੀਂ ਜੀ ਸੁੱਤੇ ਪਏ ਸੀ ਅਤੇ ਮੁੜ ਕੇ ਫਿਰ ਸਾਨੂੰ ਸ਼ੱਕ ਵੀ ਹੈਗਾ ਅਤੇ ਸ਼ੱਕ ਤੌਰ 'ਤੇ ਪੂਰਾ ਯਕੀਨ ਵੀ ਹੈਗਾ ਕਿ ਉਹ ਬੰਦਿਆਂ ਨੇ ਸਾਡੇ ਨਾਲ ਦੱਸ ਦਿੱਤੀ। ਅੰਦਰ ਜਿਹੜੇ ਜੀ ਸੀ ਫਿਰ ਕਿੱਦਾਂ ਬਾਹਰ ਕੱਢੇ ਤੁਸੀਂ? ਅਸੀਂ ਜੀ ਜਿਹੜੇ ਆਪਾਂ ਅਸੀਂ ਅੰਦਰ ਸੁੱਤੇ ਸੀ, ਆਪਣੇ ਵੱਡੇ ਭਾਅ ਜੀ ਆਏ ਨੇ। ਹਿਸਾਬ ਨਾਲ 1.5 ਲੱਖ ਦਾ ਨੁਕਸਾਨ ਹੋਇਆ ਅਤੇ ਬਾਕੀ ਅੰਦਰ ਜਿਹੜੇ ਸੁੱਤੇ ਸੀ ਨਿਆਣੇ, ਆਪਾਂ ਇੱਥੇ ਜਦੋਂ ਅੱਗ ਲੱਗੀ ਅਸੀਂ ਆਏ ਹਾਂ, ਕੋਈ ਅੱਧਾ ਪੁੱਲ ਸੜਿਆ ਪਿਆ ਹੈ ਜਦੋਂ ਅਸੀਂ ਆਏ ਹਾਂ। ਆ ਕੇ ਅਸੀਂ ਛੋਟੇ ਭਰਾ ਨੂੰ ਕੱਢਿਆ ਅਤੇ ਇੱਕ ਛੋਟੀ ਗੁੱਡੀ 3 ਕੁ ਮਹੀਨੇ ਦੀ ਅਤੇ ਉਹਦੀ ਮਾਂ ਸੀ, ਇਹਨਾਂ ਨੂੰ ਖਿੱਚ ਖੁੱਚ ਕੇ ਆਪਾਂ ਬਾਹਰ ਕੱਢਿਆ ਵਾ। ਆਹ ਦੇਖੋ ਮੇਰੇ ਸੱਟ ਵੀ ਲੱਗੀ ਹਨੇਰੇ 'ਚ, ਧੂੰਏ 'ਚ ਪਤਾ ਨਹੀਂ ਚੱਲਦਾ ਕੋਈ ਵੀ। ਫਿਰ ਇਹਨਾਂ ਨੂੰ ਕੱਢ ਕੁੱਟ ਕੇ ਜਿੰਨਾ ਕੁ ਸਮਾਨ ਨਿਕਲਿਆ ਆਪਾਂ ਉਹ ਵੀ ਕੱਢਿਆ, ਬਾਕੀ ਸਮਾਨ ਵਿੱਚ ਹੀ ਸੜਿਆ ਵਾ। ਹਾਂਜੀ ਭਾਅ ਜੀ, ਇੱਕ ਭਰਾ ਨੂੰ ਸਾਡੇ ਨੂੰ ਉਦੋਂ ਅੱਗ ਨੂੰ ਵੇਖ ਕੇ ਅਤੇ ਉਹ ਤੋਂ ਅੱਗ ਦੇ ਵੇਖਣ ਨਾਲ ਉਹਨੂੰ ਝੱਲਿਆ ਨਹੀਂ ਗਿਆ, ਉਹਨੂੰ ਦਿਲ ਦੀ ਧੜਕਣ ਉਹਦੀ ਵੱਧਦੀ ਆ ਅਤੇ ਉਸ ਕਰਕੇ ਉਹਨੂੰ ਅਟੈਕ ਵੀ ਹੋ ਗਿਆ। ਹੋਰ ਕੁਛ ਉਹਨੂੰ ਲੈ ਕੇ ਚੱਲ ਗਏ ਔਰ ਬਾਕੀ ਇੱਥੇ ਅੱਗ ਉਹਦੇ ਮਗਰ ਭੱਜਦੇ ਰਹੇ ਹਾਂ, ਇੱਥੋਂ ਸਮਾਨ ਸਾਡੇ ਤੋਂ ਪੂਰਾ ਨਿਕਲਿਆ ਨਹੀਂ ਗਿਆ। ਅਤੇ ਤੁਸੀਂ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ? ਹਾਂਜੀ ਹਾਂਜੀ ਕੀਤਾ ਪੁਲਿਸ ਨੂੰ, ਉਹਨਾਂ ਨੇ ਫੋਟੋਆਂ ਖਿੱਚ ਕੇ ਲੈ ਗਏ ਆ ਉਹ। ਜਾਗਤੀ ਲੈ ਲਈ ਕਪੂਰਥਲਾ ਤੋਂ ਇੰਦਰਜੀਤ ਸਿੰਘ ਦੀ ਰਿਪੋਰਟ।